ਸੰਗਰੂਰ ਦੇ ਲੋਕਾਂ ਨੇ ਆਪਣਾ ਨਵਾਂ MP ਚੁਣ ਲਿਆ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੇ ਨਵੇਂ MP ਹੋਣਗੇ ਸੋ ਤੁਹਾਨੂੰ ਦੱਸ ਦਿੰਨੇ ਆ ਭਗਵੰਤ ਮਾਨ ਪੰਜਾਬ ਦੇ CM ਬਣਨ ਤੋਂ ਬਾਅਦ ਸੰਗਰੂਰ ਤੋਂ ਆਪਣੀ ਲੋਕ ਸਭਾ ਸੀਟ ਛੱਡੀ ਸੀਗੀ ਅਸਤੀਫਾ ਦਿੱਤਾ ਸੀਗਾ ਸੋ ਜਿਮਨੀ ਚੋਣਾ ਹੋਈਆਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਨਵੇਂ MP ਹੋਣਗੇ ਵੱਡੀ ਜਿੱਤ ਹਾਸਲ ਹੋਈ ਹੈ ਤੀਸਰੀ ਵਾਰ MP ਬਣਨੇ ਸੋ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਤੇ ਤਰੰਤਾਂਨ ਤੋਂ MP ਬਣੇ ਸੀਗੇ ਸਿਮਰਨਜੀਤ ਸਿੰਘ ਮਾਨ ਉਸ ਤੋਂ ਬਾਅਦ ਸੰਗਰੂਰ ਤੋਂ ਦੁਬਾਰਾ ਐਮਪੀ ਬਣੇ ਸੀਗੇ ਤੇ ਫਿਰ ਇਸ ਵਾਰ 22 ਸਾਲ ਬਾਅਦ ਵੱਡੀ ਜਿੱਤ ਹਾਸਲ ਹੋਈ ਹੈ ਸੋ ਸਭ ਤੋਂ ਵੱਡਾ ਚਟਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਨੂੰ ਲੱਗਾ ਕਮਲਦੀਪ ਕੋਰ ਰਾਜਵਾਨਾ ਜਿਹੜੇ ਕਿ ਬਲਵੰਤ ਸਿੰਘ ਰਾਜਵਾਨਾ ਦੇ ਭੈਣ ਸੀਗੇ ਉਹਨਾਂ ਨੂੰ ਵੱਡਾ ਚਟਕਾ ਲੱਗਾ ਜ਼ਮਾਨਤ ਤੱਕ ਜਬਤ ਹੋ ਗਈ ਹੈ ਸੋ ਪੰਤਕ ਪੋਰਟ ਜਿਹੜੀ ਹੈ ਸਿਮਰਨਜੀਤ ਸਿੰਘ ਮਾਨ ਨੂੰ ਮੁਗਤ ਗਈ ਹੈ ਜਿਹਦੇ ਉੱਤੇ ਦਾਅ ਖੇਡਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਹ ਦਾ ਪੂਰੀ ਤਰ੍ਹਾਂ ਫੇਲਸਾਮਤ ਹੋਇਆ ਪੰਥਕ ਬੋਰਡ ਜਿਹੜੀ ਐ ਸਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਬੈ ਚੁੱਕੀ ਹੈ ਸੋ ਤੁਹਾਨੂੰ ਦੱਸ ਦਿੰਨੇ ਆ ਉੱਤੇ ਜਿਹੜਾ ਸੰਸਦ ਰਵਨੀਤ ਸਿੰਘ ਬਿੱਟੂ ਨੇ ਵੱਡਾ ਤੰਜ ਕੱਸਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਵਜਨ ਸਮਾਜ ਪਾਰਟੀ ਦੀ ਵੱਡੀ ਹਾਰ ਦੇ ਉੱਤੇ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਲੁਧਿਆਣਾ ਤੋਂ ਸੰਸਦ ਨੇ ਉਹਨਾਂ ਨੇ ਵੱਡਾ ਤੰਜ ਕੱਸਿਆ ਜਿਹੜੇ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਜਿਦੇ ਵਿੱਚ ਲਿਖਿਆ ਹਿੰਸਕ ਅੱਤਵਾਦੀ ਅਤੇ ਡੁੱਬ ਰਹੇ ਆਕਾਲੀ ਦਲ ਦੇ ਨੁਮਾਇੰਦੇ ਕਮਲਦੀਪ ਰਾਜਵਾਨਾ ਨੂੰ ਸਿਰਫ 5% ਵੋਟਾਂ ਪ੍ਰਾਪਤ ਕਰਕੇ ਜ਼ਮਾਨਤ ਹੁਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੁਖਬੀਰ ਬਾਦਲ ਤੇ ਪੰਨੂ 2020 ਅਤੇ ਰਾਜਵਾਨਾ ਨੂੰ ਆ ਕੇ ਆਪਣੇ ਉਮੀਦਵਾਰ ਦੀ ਜ਼ਮਾਨਤ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫੇਰ ਸ਼ਹੀਦ ਬਿਆਨ ਸਿੰਘ ਦੇ ਕਾਤਲਾਂ ਨੂੰ ਉਹਨਾਂ ਦੇ ਅਸਲੀ ਜਗ੍ਹਾ ਦਿਖਾ ਕੇ ਬਿਆਨ ਸਿੰਘ ਜੀ ਨੂੰ ਸਰਦਾਰਾਂ ਦੀ ਪੇਂਟ ਕੀਤੀ ਹੈ ਬਿਆਨ ਸਿੰਘ ਜੀ ਦੀ ਸ਼ਾਂਤਮਈ ਪੰਜਾਬ ਦੀ ਵਿਚਾਰਧਾਰਾ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੀ ਰਹੇਗੀ ਸੋ ਸਿੱਧੇ ਤੌਰ ਤੇ ਬਲਵੰਤ ਸਿੰਘ ਰਾਜਵਾਨਾ ਨੂੰ ਟਾਰਗੇਟ ਕੀਤਾ ਗਿਆ ਰਵਨੀਤ ਸਿੰਘ ਬਿੱਟੂ ਵੱਲੋਂ ਸੋ ਉਧਰ ਹੀ ਅਗਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਇਸ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਪਹਿਲੀ ਵਾਰ ਲੋਕ ਸਭਾ ਜਿਮਣੀ ਚੋਣਾਂ ਦੇ ਵਿੱਚ ਆਪਣੇ ਤੋਂ ਤੇ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਸੀਗੀ ਕੇਵਲ ਸਿੰਘ ਢਿੱਲੋਂ ਜਿਹੜੇ ਕਿ ਕਾਂਗਰਸ ਤੋਂ ਆਏ ਹੋਏ ਸੀਗੇ ਇੱਕ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਦਮਨ ਥਾਮ ਲੰਦੇ ਨੇ ਤੇ ਇੱਕਦਮ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਮਣੀ ਚੋਣਾਂ ਦੇ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਸੋ ਜ਼ਮਾਨਤ ਉਹਨਾਂ ਦੀ ਵੀ ਜਬਤ ਹੋ ਗਈ ਹੈ ਸੋ ਜ਼ਮਾਨਤ ਜਿਹੜੀਆਂ ਜਬਤ ਹੋ ਰੀਆਂ ਨੇ ਉਹਦੇ ਉੱਤੇ ਜਿੱਤੇ ਸੰਸਦ ਰਵਨੀ ਸਿੰਘ ਬਿੱਟੂ ਵੱਲੋਂ ਤੰਜ ਕੱਸਿਆ ਗਿਆ ਉੱਤੇ ਹੀ ਸੁਖਪਾਲ ਖੈਰਾ ਨੇ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੋਸਟ ਪਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਸਿੱਖਾਂ ਦੇ ਪ੍ਰਤੀਕ ਕਿਰਪਾਨ ਅਤੇ ਝਾੜੂ ਵਿਚਾਲੇ ਫਰਕ ਨੂੰ ਸਮਝ ਲਿਆ ਸੁਖਪਾਲ ਖੈਰਾਵਲੋ ਇਹ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਸੋ ਉਹਨਾਂ ਨੇ ਜਿੱਥੇ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ ਉੱਥੇ ਹੀ ਸੰਗਰੂਰ ਦੀ ਜਨਤਾ ਨੂੰ ਵੀ ਇਹ ਕਿਹਾ ਕਿ ਉਹਨਾਂ ਨੇ ਜਿਹੜਾ ਫਰਕ ਸਮਝ ਲਿਆ ਕਿਰਪਾਨ ਤੇ ਝਾੜੂ ਦਾ ਫਰਕ ਸਮਝ ਲਿਆ ਇਹ ਕਿਰਪਾਨ ਔਰ ਝਾੜੂ ਦਾ ਫਰਕ ਜਿਹੜਾ ਪਹਿਲਾਂ ਤੇ ਗੱਲ ਕਰੀਏ ਤੇ ਉਸ ਤੋਂ ਪਹਿਲਾਂ ਹੀ ਜਿਹੜਾ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਹੀ ਆ ਗਿਆ ਸੀਗਾ ਜਦੋਂ ਦੀਪ ਸਿੱਧੂ ਜਿਹੜਾ ਚੋਣਾਂ ਦੇ ਵਿੱਚ ਉਹਨਾਂ ਦਾ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਪ੍ਰਚਾਰ ਕਰਨ ਦੇ ਲਈ ਅਮਰਗੜ ਜਾਂਦੇ ਨੇ ਉੱਥੇ ਹੀ ਐਲਾਨ ਕਰਦੇ ਨੇ ਕਿ ਲੋਕਾਂ ਨੂੰ ਤੈਅ ਕਰਨਾ ਹੋਏਗਾ ਕਿ ਝਾੜੂ ਤੇ ਕਿਰਪਾਨ ਦੇ ਵਿੱਚ ਕੀ ਫਰਕ ਹੈ ਸੋ 2022 ਚੋਣਾਂ ਦੇ ਵਿੱਚ ਤਾਂ ਹੋ ਨਹੀਂ ਸਕਿਆ ਮਗਰ ਜਿਮਨੀ ਚੋਣਾਂ ਦੇ ਵਿੱਚ ਸੰਗਰੂਰ ਦੇ ਲੋਕਾਂ ਨੇ ਕਿਰਪਾਨ ਔਰ ਝਾੜੂ ਦਾ ਫਰਕ ਜਿਹੜਾ ਸਮਝਾ ਦਿੱਤਾ ਸੋ ਸਿੱਧੇ ਤੌਰ ਤੇ ਸੁਖਬਾਲ ਕਹਰਾਂ ਨੇ ਤੰਜ ਕੱਸਿਆ ਬਾਕੀ ਰਵਾਇਤੀ ਪਾਰਟੀਆਂ ਦੇ ਉੱਤੇ ਔਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ